ਰੋਪੜ ਪਿਆਰਾ ਸਿੰਘ ਕਲੋਨੀ ਵਿੱਚ ਚੋਰੀ ਦੀ ਵਾਰਦਾਤ। ਰੋਪੜ ਵਿਖੇ ਦਿਨ ਪ੍ਰਤੀ ਦਿਨ ਚੋਰੀਆਂ ਦਾ ਸਿਲਸਿਲਾ ਵੱਧਦਾ ਜਾ ਰਿਹਾ ਹੈ, ਜਿੱਥੇ ਰੋਪੜ ਦੇ ਪਿਆਰਾ ਸਿੰਘ ਕਲੋਨੀ ਵਿੱਚ ਚੋਰਾਂ ਵੱਲੋਂ ਇੱਕ ਘਰ ਵਿੱਚ ਵੜ ਕੇ ਕੈਂਚੀ ਗੇਟ ਦੇ ਤਾਲੇ ਨੂੰ ਕੱਟ ਕੇ ਅੰਦਰ ਘੁਸ ਗਏ, ਜਿਸ ਵਿੱਚ ਘਰ ਦੇ ਲਾਕਰਾਂ ਨੂੰ ਫੜ ਦਿੱਤਾ ਗਿਆ ਅਤੇ 43,000 ਨਕਦੀ ਅਤੇ ਕੁਝ ਗਹਿਣੇ ਲੈ ਕੇ ਚੋਰ ਫਰਾਰ ਹੋ ਗਏ। ਘਰ ਦੇ ਮਾਲਕ 1-2 ਦਿਨ ਦੀਆਂ ਛੁੱਟੀਆਂ ਹੋਣ ਕਰਕੇ ਪਿੰਡ ਗਏ ਹੋਏ ਸਨ। ਇਸ ਦੀ ਸੂਚਨਾ ਸਿਟੀ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਨੇ ਮੌਕਾ ਦੇਖ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਸਿਟੀ SHO ਸੁਨੀਲ ਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਜਲਦ ਹੀ ਚੋਰਾਂ ਨੂੰ ਫੜ ਕੇ ਜੇਲ੍ਹ ਵਿੱਚ ਭੇਜਣ ਦਾ ਭਰੋਸਾ ਦਿੱਤਾ। ਇਹ ਚੋਰੀ ਹਾਊਸ ਨੰਬਰ 16 ਬਿਕਰਮ ਸਿੰਘ ਦੇ ਘਰ ਹੋਈ। ਹੈਲੋ, ਹਾਂਜੀ ਸਰ, ਇਸ ਵੇਲੇ ਅਸੀਂ ਖੜ੍ਹੇ ਹਾਂ ਰੋਪੜ ਦੀ ਪਿਆਰਾ ਸਿੰਘ ਕਲੋਨੀ ਦੇ ਵਿੱਚ, ਜਿੱਥੇ ਚੋਰਾਂ ਵੱਲੋਂ ਇੱਕ ਘਰ ਦੇ ਵਿੱਚ ਵੜ ਕੇ ਸਾਰਾ ਕੈਸ਼ ਅਤੇ ਹੋਰ ਕਈ ਕੀਮਤੀ ਸਮਾਨ ਉਡਾ ਲਿਆ ਗਿਆ ਹੈ। ਦਿਨ ਪ੍ਰਤੀ ਦਿਨ ਚੋਰਾਂ ਦੇ ਹੌਸਲੇ ਜਿਹੜੇ ਅੱਜ ਵੱਧ ਜਾ ਰਹੇ ਹਨ ਅਤੇ ਅੱਜ ਦੇ ਜਿਹੜੇ ਇਸ ਹਾਲਾਤ ਦੇ ਵਿੱਚ ਦੱਸਿਆ ਜਾ ਰਿਹਾ ਕਿ ਇਸ ਘਰ ਦੇ ਜਿਹੜੇ ਮਿਸਤਰੀ ਸਨ ਇਹ ਆਪਣੇ ਪਿਛਲੇ ਪਿੰਡ ਗਏ ਹੋਏ ਸਨ, ਛੁੱਟੀਆਂ ਸੀਗੀਆਂ ਅਤੇ ਚੋਰਾਂ ਵੱਲੋਂ ਇੱਥੋਂ ਇਸ ਇੱਧਰ ਅਸੀਂ ਦਿਖਾ ਸਕਦੇ ਹਾਂ ਕੈਮਰਾਮੈਨ ਜੀ, ਜਿਹੜੇ ਗਮਲੇ ਜਿਹੜੇ ਸਾਈਡਾਂ ਨੂੰ ਕਰਕੇ ਇਹਦੇ ਅੰਦਰ ਜਾ ਕੇ ਛਾਲ ਮਾਰ ਕੇ ਅਤੇ ਕੈਂਚੀ ਗੇਟ ਦਾ ਤਾਲਾ ਤੋੜ ਕੇ ਸਾਰੇ ਜਿਹੜੇ ਕਾਗਜ਼ ਪੱਤਰ ਦੇ 43-45,000 ਰੁਪਈਏ ਜਿਹੜੇ ਗਹਿਣੇ ਬੂਣ ਦੀ ਜਿਹੜੇ ਗੱਲ ਕੀਤੀ ਜਾ ਰਹੀ ਹੈ। ਇਹ ਪਿਆਰਾ ਸਿੰਘ ਕਲੋਨੀ ਦਾ ਜਿਹੜੇ 16 ਨੰਬਰ ਜਿਹੜਾ ਇਹ ਮਕਾਨ ਹੈ ਜੀ, ਅਤੇ ਬੜੀ ਅਫਸੋਸ ਦੀ ਗੱਲ ਹੈ ਕਿ ਅੱਜ ਚੋਰਾਂ ਦੇ ਹੌਸਲੇ ਦਿਨ ਪ੍ਰਤੀ ਦਿਨ ਬੁਲੰਦ ਕਿੱਦਾਂ ਹੋ ਰਿਹਾ। ਆਓ ਅਸੀਂ ਅੰਦਰ ਦਿਖਾਉਂਦੇ ਹਾਂ ਜੀ, ਗੱਲ ਕਰਦੇ ਹਾਂ। ਹਾਂਜੀ ਵਿਕਰਮ ਸਿੰਘ ਜੀ, ਤੁਸੀਂ ਚੋਰੀ ਜਦੋਂ ਹੋਈ ਹੈ ਤੁਸੀਂ ਆਏ ਤਾਂ ਤੁਸੀਂ ਕਿਸ ਤਰ੍ਹਾਂ ਕਹਿ ਦੋ? ਜਦੋਂ ਆਏ ਨਾ ਅਸੀਂ, ਮੇਰੀ ਬੇਟੀ ਨੂੰ ਲੋਕ ਦੋ ਅੰਦਰ, ਉਹਨੇ ਗੇਟ ਲੋਕ ਦੇ ਬਾਹਰ ਨਾ ਸਾਡੇ ਨਾਲ ਬਣੀ ਜਾਂਦੇ, ਉਹਨੇ ਮੇਸੇ ਬਾਹਰ ਬਣੀ, ਮੇਰੇ ਬੇਟੀ ਕਹਿੰਦੇ ਵੀ ਸਾਡੇ ਗਮਲੇ ਕਿੱਦਾਂ ਨਹੀਂ ਸੀਗੇ, ਬਾਹਰ ਸੀਗੇ ਬਾਹਰੋਂ ਬੋਲਣ ਲੱਗ ਪਏ, ਬਾਹਰ ਅਸੀਂ ਗੱਲਾਂ ਕਰਦੇ ਖੜੇ, ਅੰਦਰ ਵੀ ਅੰਦਰ ਕੀ ਹੋਇਆ, ਜਦੋਂ ਇਹਨੇ ਕਿਹਾ ਵੀ ਪਤਾ ਨਹੀਂ ਵੀ ਕਹੇ ਕਿ ਕਿਸੇ ਛੇੜਦੇ, ਅਸੀਂ ਗੱਲਾਂ ਹੀ ਕਰਦੇ, ਬੇਟੀ ਜਦ ਬੋਲਿਆ ਉਹ ਇੱਥੇ ਘਬਰਾ ਗਈ ਦੇਖ ਕੇ। ਅੱਛਾ, ਆਪਾਂ ਕਹਿੰਦੇ ਫਿਰ ਉਹ ਤਾਲਾ ਤੁਸੀਂ, ਮੈਂ ਘਰ ਆ ਗਿਆ, ਮੈਂ ਪਤਾ ਚੱਲਦਾ ਗਿਆ ਸਿੱਧਾ, ਮੈਂ ਦੇਖ ਕੇ ਗਿਆ ਤਾਂ ਅੰਦਰ ਦੇਖਿਆ ਮੇਰੇ ਉਹਨਾਂ ਬਾਰੀਆਂ ਪੱਟੀਆਂ ਲੋਕਾਂ ਥੋੜ੍ਹੇ ਥੋੜ੍ਹੇ ਸਮਾਨ ਰੱਖ ਗਿਆ। ਕਿੰਨਾ ਸਮਾਨ ਚੋਰੀ? ਉਹਦੇ 'ਚ ਮੇਰਾ ਇੱਕ ਤਾਂ ਕੈਸ਼ ਪਿਆ ਸੀ, 47,000 ਰੁਪਏ ਪਿਆ ਸੀ, ਅਤੇ ਬਾਕੀ ਜਿਹੜੀ ਦੀ ਵਾਲੀ ਦੀ ਛੋਟੀ ਛੋਟੀ ਸਾਈਜ਼ 'ਚ ਫੋਨ ਦੀ ਜਿਹੜੇ ਆਪਣਾ ਕੜੇ ਜਿਹੜੇ ਸਿਆਦੀ ਦੇ ਫੋਨ ਬਾਕੀ ਉਹ ਤੋਂ ਸਮਾਨ ਜਿਹੜਾ ਕੱਪੜੇ ਖਲਾਰਾ ਪਾ ਦਿੰਦਾ ਪੇਪਰ ਸੀ ਮੇਰੇ ਸਰਟੀਫਿਕੇਟ ਵਿੱਚ ਸਾਰੇ ਖਲਾਰ ਪਾ। ਤੁਸੀਂ ਦੋ ਦਿਨ ਵਾਸਤੇ ਗਏ? ਦੋ ਦਿਨ ਬਾਹਰ ਲੋਕ ਲੱਗੇ ਅਤੇ ਉਹਦਾ ਜਿੰਦਾ ਗਿਆ ਜਿੰਦਾ ਤੋੜਿਆ ਤੁਸੀਂ ਪੁਲਿਸ ਵਿੱਚ? ਹਾਂਜੀ ਪੁਲਿਸ ਵਿੱਚ। ਹੁਣ ਤਾਂ ਕੋਈ ਲੱਗਿਆ ਪਤਾ? ਨਹੀਂ ਹਜੇ ਤਾਂ ਕੋਈ ਪਤਾ, ਮੈਂ ਕਿਸੇ ਸਟੇਟ ਵਿੱਚ ਆ ਗਿਆ ਮੇਰੇ ਕੋਈ ਹਜੇ ਨਹੀਂ ਜੀ ਕੋਈ।